ਨਾਨਕ ਸਿੰਘ ਦਾ ਨਾਵਲ ਗਰੀਬ ਦੀ ਦੁਨੀਆ ਪਹਿਲਾ ਅੰਕ ਪੱਕੀ ਖਬਰ ਏ ਆਹੋ ਕੀ ਤੂੰ ਸੁਣੀ ਮੈਨੇਜਰ ਤੋਂ ਕੀ ਆਂਦਾ ਸੀ ਮੈਨੇਜਰ ਪਹਿਲੀ ਜੂਨ ਤੋਂ ਡਿਸਮਿਸ ਤੋਬਾ ਅਸਤਫਾਰ ਬਿਨ ਕਸੂਰ ਰਹੀ ਕਸੂਰਵਾਰ ਤੇ ਕਮਰ ਦੀਨਾ ਉਹਨਾਂ ਦੀ ਨਿਗਾਹ 'ਚ ਮੇਰੇ ਵਰਗਾ ਸਾਰੀ ਦੁਨੀਆ 'ਚ ਕੋਈ ਨਹੀਂ ਹੋਣਾ ਤਾਈਏ ਤੇ ਸ਼ੰਕਰਾ ਤੈਨੂੰ ਵੜਵੜ ਕੋਕਦਾ ਸਾਂ ਪੀਏ ਨਾ ਤੇ ਲਾਂਚ ਤੇਲ ਹੈ ਨਹੀਂਓ ਨਾ ਆਪਣੀ ਜਾਨ ਜੋਖੰਚ ਪਾ ਪਰ ਤੂੰ ਤੇ ਕੰਨੀ 부ਜੇ ਦੇ ਛੱਡੇ ਕਮਰ ਦੀ ਨਾ ਤੂੰ ਹੀ ਦੱਸ ਮੈਂ ਕਿਹੜਾ ਬੁਰਾ ਕੰਮ ਕੀਤਾ ਸੀ ਜੇ ਆਪਣੇ ਦੁਖੀ ਭਰਾਵਾਂ ਦੀ ਜ਼ਬਾਨ ਬਣ ਕੇ ਮੈਂ ਉਹਨਾਂ ਬਦਨਸੀਬਾਂ ਦੀ ਆਵਾਜ਼ ਮਾਲਕਾਂ ਦੇ ਕੰਨੀ ਪਹੁੰਚਾਈ ਤਾਂ ਇਹ ਵੀ ਮੇਰਾ ਜੁਰਮ ਸੀ ਉਹ ਭਰਾਵਾ ਜਾਣ ਵੀ ਦੇ ਬੇਫਜ਼ੂਲ ਗੱਲਾਂ ਜਿੱਥੇ ਸਖਤੇ ਦਾ ਸੱਤੀ ਵੀ ਹੀ 100 ਹੋਵੇ ਉਥੇ ਤੇਰੇ ਮੇਰੇ ਵਰਗਿਆਂ ਦੀ ਪਕੜਵਾ ਕੌਣ ਸੁਣਦਾ ਹੈ ਇੱਥੇ ਤੇ ਉਹ ਹਾਲੇ ਅਖੇ ਡੜਵੱਟ ਦਿਹਾੜੇ ਕੱਟ ਦੱਸਣਾ ਕੀ ਬਣਾਇਓ ਜੀ ਇੰਨੀ ਨੱਠੋ ਭੱਜੀ ਕਰ ਕਰਕੇ ਧੂਵਰਿਆਂ ਤੋਂ ਜੋ ਸੰਗ ਪਾੜਨ ਰਿਆਸ ਹੈ ਛੇਕੜ ਦੀ ਬਾਕੀ ਨੌਕਰੀਆਂ ਵੀ ਜਵਾਬ ਲੈ ਬੈਠੋ ਨਾ ਇਹ ਪਵਾੜੇ ਸੇ ਿਹੜਦੋਂ ਤਾਂ ਕਿਉਂ ਅੱਜ ਬੁੱਡੇ ਬਾਰੇ ਸਹਾਲ ਨੂੰ ਅਪੜਦੋਂ ਜੇਠ ਮਹੀਨੇ ਦੀਆਂ ਅੱਗ ਬਰਾਉਂਦੀਆਂ ਦੁਪਹਿਰਾਂ ਦਾ ਕਿਸੇ ਨੇ ਪ੍ਰਤੱਖ ਨਜ਼ਾਰਾ ਵੇਖਣਾ ਹੋਵੇ ਉਹ ਲਾਹੌਰ 'ਚ ਵੇਖ ਸਕਦਾ ਹੈ ਇਨਾਂ ਹੀ ਕੜਕਦੀਆਂ ਧੁੱਪਾਂ ਤੇ ਸ਼ੂਕਦੀਆਂ ਲੂਆਂ ਨਾਲ ਭੁੱਜਦੇ ਹੋਏ ਦੋ ਰਾਹੀ ਬਾਗਬਾਨਪੁਰੇ ਦੀ ਸੜ ਪੱਕੀ ਸੜਕ 'ਤੇ ਉਪਰੋਕਤ ਗੱਲਾਂ ਕਥਾਂ ਕਰਦੇ ਧੁਰੇ ਜਾ ਰਹੇ ਸਨ। ਦੋਹਾਂ ਦੇ ਸਿਰਾਂ ਉੱਤੇ ਢੇਗਰੀਆਂ ਤੇ ਸੁੱਕੀਆਂ ਟਹਿਣੀਆਂ ਦੇ ਗੱਠੇ ਚੁੱਕੇ ਸਨ ਜਿਹੜੀਆਂ ਸ਼ਾਇਦ ਉਹ ਜੰਗਲ 'ਚੋਂ ਚੁਣ ਕੇ ਬਾਲਣ ਲਈ ਲਿਆ ਰਹੇ ਸਨ। ਨੰਗੇ ਸਿਰਾਂ ਤੋਂ ਬਡੇਰੀ ਉਮਰ ਵਾਲਾ Hindu ਜਾਬਦਾ ਤੇ ਛੋਟਾ ਮੁਸਲਮਾਨ। Hindu ਦੇ ਤੇੜ ਇੱਕ ਟਾਕੀਆਂ ਨਾਲ ਲਤਪਤ ਪਰ ਸਾਫ ਧੋਤੀ ਤੇ ਗੱਲ ਅਧੀਆਂ ਬਾਂਹਾਂ ਵਾਲੀ ਫਤੂਈ ਹੈ। ਉਹਦਾ ਸਰੀਰ ਆਪਣੇ ਸਾਥੀ ਨਾਲੋਂ ਕੁਝ ਉਲਮੇ ਰਿਹਾ। ਜਿਨੂੰ ਗਰਮੀ ਮੁਸ਼ਕਲ ਤੇ ਚਿੰਤਾ ਨੇ ਰਲ ਕੇ ਮਨ ਨੂੰ ਹੱਡੀਆਂ ਦਾ ਖੋਖਾ ਬਣਾ ਦਿੱਤਾ ਹੋਇਆ। ਉਹਦੀਆਂ ਅੱਖਾਂ ਦੇ ਖੁੱਡੇ, ਪੁੜਪੜੀਆਂ ਦੇ ਡੂੰਘ ਤੇ ਜਬਾੜਿਆਂ ਦਾ ਉਭਾਰ ਵੇਖ ਕੇ ਜਾਪਦਾ ਜਿਵੇਂ ਇਸ ਮਨੁੱਖ ਉੱਤੇ ਜਵਾਨੀ ਦੀ ਬਹਾਰ ਕਦੇ ਆਈ ਨਹੀਂ ਹੋਣੀ। ਬੁਢੇਪੇ ਨੂੰ ਨਾਲ ਲੈ ਕੇ ਦੁਨੀਆ ਚ ਆਇਆ ਹੋਵੇਗਾ। ਜੇ ਮੰਨ ਲਿਆ ਜਾਏ ਕਿ ਜਿਉਂਦੇ ਮਨੁੱਖ ਦਾ ਚਿਹਰਾ ਇਹੋ ਜਿਹਾ ਹੋ ਸਕਦਾ ਹੈ ਤੇ ਵੀ ਮੰਨਣਾ ਪੈਗਾ ਕਿ ਮਰਦੇ ਦਾ ਚਿਹਰਾ ਮਨਹੂਸ ਤੇ ਡਰਾਉਣਾ ਨਹੀਂ ਹੁੰਦਾ। ਪਰ ਇਹਨਾਂ ਹੋਂਦ ਤੇ ਵੀ ਇਦੇ ਮੱਥੇ ਉੱਤੇ ਇੱਕ ਦੋ ਸਿੱਧੀਆਂ ਰੇਖਾ ਤੇ ਅੱਖਾਂ ਵਿੱਚਲੀ ਨਿਮੀ ਪਰ ਜਿਉਂਦੀ ਚਮਕ ਵੇਖ ਕੇ ਇਸ ਗੱਲੋਂ ਨਾਬਰੀ ਨਹੀਂ ਹੋ ਸਕਦੀ ਕਿ ਉਹਦੇ ਖਿਆਲਾਂ ਦੀ ਉੱਚਾਈ ਦੇ ਮਨ ਦੀ ਦ੍ਰਿੜਤਾ ਜੇ ਮੋਈ ਨਹੀਂ ਆਪਣੇ ਮੁਸਲਮਾਨ ਸਾਥੀ ਨਾਲ ਗੱਲਾਂ ਕਰਦਾ ਕਰਦਾ ਜਦੋਂ ਵਿੱਚ ਵਿੱਚ ਇੱਕ ਅਧ ਅਰਮਾਨਾਂ ਭਰਿਆ ਠੰਡਾ ਸਾਹ ਲੈਂਦਾ ਹੋਇਆ ਨਿਰਾਸ਼ ਨਜ਼ਰ ਨਾਲ ਆਪਣੇ ਆਲੇ ਦੁਆਲੇ ਤੱਕਦਾ ਤਾਂ ਉਹਦੇ ਸੀਨੇ ਅੰਦਰਲੀ ਕੋਈ ਨੱਪ ਘੁੱਟ ਰੱਖੀ ਪੀੜ ਬਧੋ ਬਧੇ ਅੰਦਰ ਉੱਠ ਕੇ ਉਹਦੀਆਂ ਅੱਖਾਂ ਚਾਰ ਡਲਕਦੀਆਂ ਪਰੇ ਦੇ ਨਾਲ ਹੀ ਉਹਦੇ ਬੁੱਲਾਂ ਦੀ ਸੌ ਮੁਸਕਣੀ ਉਹਦੇ ਹਾਰ ਹੁੱਟ ਕੇ ਢੈਂਦੇ ਮਨੋਂ ਭਾਵਾਂ ਨੂੰ ਫਿਰ ਕੁਚੇ ਲਈ ਨਵਾਂ ਨਰਵਾ ਕਰ ਦਿੰਦੀ ਹੈ ਜਵਾਨੀ ਤੋਂ ਬਾਅਦ ਮਨੁੱਖ ਨੂੰ ਬੁਢੇਪਾ ਆਉਂਦਾ ਹੈ ਪਰ ਬੁਢੇਪੇ ਤੋਂ ਬਾਅਦ ਕੀ ਆਉਂਦਾ ਹੈ ਇਸ ਗੱਲ ਦਾ ਉੱਤਰ ਦੇਣ ਲਈ ਸ਼ੰਕਰ ਦਾ ਸਰੀਰ ਪ੍ਰਤੱਖ ਮਿਸਾਲ ਹੈ ਇਹਦੀਆਂ ਨਿਰਬਲਤਾ ਨੂੰ ਇਸ ਵੇਲੇ ਦੋ ਗੰਢੀਆਂ ਚੁਕੜੀਆਂ ਪੈ ਗਈਆਂ ਇੱਕ ਹੱਡੀਆਂ ਦੀ ਤੇ ਦੂਜੀ ਵਾਲਣ ਦੀ ਉਹਦੇ ਸਾਥੀ ਕਮਰਦੀਨ ਦਾ ਕਦ ਮਧਰਾ ਉਮਰ ਜਵਾਨੀ ਤੇ ਬਡੇਪੇ ਦੇ ਵਿਚਕਾਰ ਦੀ ਹੈ ਉਹਦਾ ਸਰੀਰ ਸ਼ੰਕਰਵੰਗ ਰੁਲਿਆ ਖੁਲਿਆ ਨਹੀਂ ਭਾਵੇਂ ਗਰੀਬੀ ਦੀ ਮੋਹਰ ਛਾਪ ਉਹਦੇ ਤੇ ਵੀ ਹਰੇ ਕੰਗ ਤੇ ਮੌਜੂਦ ਹੈ ਪਰ ਤਾਂ ਵੀ ਉਹਦੀ ਖੱਲ ਹੀਟ ਟਾਵਾਂ ਟਾਵਾਂ ਮਾਸ ਜੇ ਬਾਕੀ ਹੈ ਉਹਦਾ ਬੋਲਣ ਢੰਗ ਲਾਪਰਵਾਹ ਨੇ ਡਰ ਤੇ ਖੁੱਲਾ ਡੁੱਲਾ ਹੈ ਗੱਲ ਗੱਲ ਚ ਖੁੱਲ ਕੇ ਹਸਣਾ ਤੇ ਹਰ ਬੋਲ ਚ ਸਵਾਦ ਭਰੀ ਮਸਖਰੀ ਦੀ ਝਲਕ ਉਹਦੇ ਦਿਲ ਦੀ ਸਾਦਗੀ ਦਰਸਾਉਂਦੀ ਹੈ ਅਨਪੜ੍ਹ ਤੇ ਨਵੀਂ ਸભ્યਤਾ ਤੋਂ ਕੋਰਾ ਹੋਣ ਤੇ ਵੀ ਉਹਦਾ ਹਿਰਦਾ ਮਨੁੱਖੀ ਪਿਆਰ ਤੇ ਹਮਦਰਦੀ ਨਾਲ ਲਬਰੀਜ਼ ਜਾਪਦਾ। ਉਹਦੇ ਗਲ 'ਚ ਖਾਕੀ ਰੰਗ ਦਾ ਫੌਜੀ ਕੱਤਾ ਦਾ ਕੁੜਤਾ ਹੈ ਤੇ ਜਿਹਦੇ ਬਟਨ ਖੁੱਸੇ ਹੋਣ ਕਰਕੇ ਗਲਮਾ ਪੇਟ ਵੱਲੋਂ ਢਿਲ ਗਿਆ ਹੋਇਆ ਹੈ ਤੇ ਜਿਹਦੀ ਅੰਬਾਹਾਂ ਸ਼ਾਇਦ ਵਧੇਰੇ ਲੰਮੀਆਂ ਹੋਣ ਕਰਕੇ ਉਹਨੇ ਕੁੰਝ ਕੇ ਡੋਲਿਆਂ ਤੇ ਚੜਾਈਆਂ ਹੋਈਆਂ। ਮੁੜਕਾ ਉਹਦੇ ਮੋਢਿਆਂ ਤੋਂ ਤਿਲਕਦਾ ਹੋਇਆ ਕੂਣੀਆਂ ਥਾਣੇ ਟਪਕਦਾ ਜਾ ਰਿਹਾ ਹੈ। ਉਦੇ ਤੇੜ ਵਾਲੇ ਨੀਲੇ ਕੱਪੜੇ ਨੂੰ ਪਤਲੂਨ ਕਹਿਣਾ ਭਾਵੇਂ ਪਤਲੂਨ ਦੀ ਹੱਦ ਤੱਕ ਕਰਨਾ ਹੈ ਕਿਉਂਕਿ ਲੰਗਾਰੇ ਹੋਏ ਪਹੁੰਚੇ ਮਘੋਰੇ ਹੋਏ ਗੋਡੇ ਤੇ ਬੱਟਾਂ ਦੀ ਥਾਂ ਸੂਤੜੀ ਨਾਲ ਬੰਨੇ ਹੋਏ ਲੱਕ ਨੇ ਉਸ ਪਤਲੂਨ ਪੁਨੇ ਦਾ ਕੋਈ ਨਿਸ਼ਾਨ ਬਾਕੀ ਨਹੀਂ ਰਹਿਣ ਦਿੱਤਾ ਪਰ ਇਹਨੂੰ ਤਹਿਮਤ ਜੰਪ ਪਜਾਮਾ ਵੀ ਤਾਂ ਨਹੀਂ ਕਿਹਾ ਜਾ ਸਕਦਾ ਆਖਰ ਕਦੇ ਤਾਂ ਇਹ ਕੱਪੜਾ ਪਤਲੂਨ ਕਹਿਲਾ ਹੀ ਚੁੱਕਾ ਹੋਵੇਗਾ ਇਹ ਦੋਵੇਂ ਜਣੇ ਇੱਕ ਕੱਪੜੇ ਦੀ ਮਿਲ ਚ ਨੌਕਰ ਹਨ ਕੁਝ ਦੁਰਾਡੇ ਜਾ ਕੇ ਜਦ ਕਮਰ ਨੇ ਵੇਖਿਆ ਕਿ ਚੁੱਕੇ ਹੋਏ ਬੋਝ ਨਾਲ ਸ਼ੰਕਰ ਦੀਆਂ ਲੱਤਾਂ ਝੋਲ ਖਾ ਰਹੀਆਂ ਤਾਂ ਇੱਕ ਦਰਖਤ ਹੇਠ ਪਹੁੰਚ ਕੇ ਉਹਨੇ ਕਿਹਾ ਇੱਥੇ ਬੈਠ ਕੇ ਰਤਾ ਸਿਰ ਦੀ ਧੂਕ ਕੱਢ ਲਈਏ ਸ਼ੰਕਰਾ ਤੇ ਉਹਨੇ ਪਹਿਲਾਂ ਆਪਣਾ ਫਿਰ ਸ਼ੰਕਰ ਦਾ ਬੋਝ ਉਤਾਰ ਕੇ ਟਾਲੀ ਦੇ ਮੁੱਢ ਨਾਲ ਰੱਖ ਦਿੱਤਾ ਦੋਵੇਂ ਛਾਵੇਂ ਬੈਠ ਗਏ ਕੁਝ ਚੁੱਪ ਰਹਿਣ ਤੋਂ ਬਾਅਦ ਕਮਰ ਬੋਲਿਆ ਫਿਰ ਹੁਣ ਕੀ ਬਣੂ ਸ਼ੰਕਰਾ ਬੜਨਾ ਬਣਾਣਾ ਕੀ ਹੈ ਉਨੇ ਡੂੰਗੀ ਚੁੱਪ ਨੂੰ ਤੋੜਦਿਆਂ ਉੱਤਰ ਦਿੱਤਾ ਮੇਰੇ ਨਾਲ ਤਾਂ ਕੋਈ ਅਨੁਕੀ ਤੇ ਨਹੀਂ ਹੋਈ ਜਿੱਥੇ ਸਾਡੇ ਹਿੰਦੁਸਤਾਨ ਦੀ ਚੌਥਾਈ ਆਬਾਦੀ ਰੋਟੀ ਕਪੜੇ ਤੋਂ ਆਤਰ ਹੈ ਉੱਥੇ ਇੱਕ ਹੋਰ ਵੱਡਾ ਸਮਝ ਲੈ ਕਮਰ ਦੇ ਮੱਥੇ ਤੇ ਵੱਟ ਪੈ ਗਏ ਫਿਰ ਉਹ ਵਾਲਾ ਯੌੜ ਗੱਲਾਂ ਮੈ ਆਨਾ ਤੇਰੀ ਅਕਲ ਨੂੰ ਹੋਕ ਹੀ ਗਿਆ ਕੁਛ ਅੱਗੇ ਪਿੱਛੇ ਦਾ ਵੀ ਖਿਆਲ ਹੈਗਾ ਈ ਕਿ ਬਸ ਉਹ ਗੱਲਾਂ ਕਰੇਗਾ ਕਿ ਪੀਓ ਪੰਗਾ ਸਵੋਂ ਬਾਗੀ ਤੇ ਪਿਛਲੇ ਜੀਨ ਆਪਣੇ ਭਾਗੀ ਕਮਰ ਦਾ ਕੀਆ ਹੋਇਆ ਹੈ ਵਾਕਿਉਂ ਚੱਪਦਾ ਸੀ ਜਿਵੇਂ ਸ਼ੰਕਰ ਦੇ ਦਿਲ 'ਚ ਲੈ ਗਿਆ ਉਹਦੀਆਂ ਅੱਖਾਂ ਅੱਗੇ ਇੱਕ ਮਾਸੂਮ ਜਿੰਦੜੀ ਫਿਰਨ ਲੱਗੀ ਉਹਦੀ ਮਰ ਚੁੱਕੀ ਸਾਥਣ ਦੀ ਇੱਕ ਮਾਤਰ ਨਿਸ਼ਾਨੀ ਤੇ ਉਹਦੇ ਸਾਰੇ ਪਿਆਰ ਦੀ ਰਾਸਪੂੰਜੀ ਉਹਦੀ ਦੁਨੀਆ ਉਹਦਾ ਸਰਬੰਸ ਉਹ ਸ਼ਾਇਦ ਸੋਚ ਰਿਹਾ ਸੀ ਕਾਸ਼ ਮੈਂ ਕੱਲਾ ਹੁੰਦਾ ਮੈਂ ਉਸ ਨਿਆਸਰੀ ਬੱਚੀ ਦਾ ਪਿਓ ਨਾ ਹੁੰਦਾ ਅੱਜ ਜੇ ਮੈਂ ਮਰ ਜਾਵਾਂ ਜਾਂ ਕੈਦ ਹੋ ਜਾਵਾਂ ਤਾਂ ਉਸ ਵਿਚਾਰੀ ਮਾਮ ਐਕਟਰ ਕੁੜੀ ਦਾ ਸੰਸਾਰ 'ਚ ਕੌਣ ਰਹਿ ਜਾਏਗਾ ਤੇ ਸ਼ੰਕਰ ਦਾ ਸਿਰ ਨੇ ਹੋ ਗਿਆ ਅੱਖਾਂ ਝੁੱਕ ਗਈਆਂ ਦਿਲ ਠਾਂ ਠਾਂ ਜਾਣ ਲੱਗਾ ਕਮਰ ਦੀਆਂ ਗੱਲਾਂ ਨੂੰ ਅਰਥ ਭਰੀਆਂ ਜਾਪਣ ਲੱਗੀਆਂ ਉਹਦੀ ਪਿਛਲੇ 2 ਸਾਲਾਂ ਦੀ ਅਣਥੱਕ ਜਦوجਾਦ ਡਰਾਉਣਾ ਭਵੇਕ ਬਣ ਕੇ ਉਹਦੀ ਅੱਖਾਂ ਅੱਗੇ ਮਾਰੂ ਨਾਚ ਨੱਚਣ ਲੱਗੇ ਚੋਰੀ ਚੋਰੀਆ ਹੁਣ ਕੀ ਬੰਦਾ ਹੈ ਸ਼ੰਕਰਾ ਉਹਦੀ ਹਾਲਤ ਨੂੰ ਅਨੁਭਵ ਕਰਦਿਆਂ ਕਮਰ ਨੇ ਕਿਹਾ ਚੱਲ ਹੁਣ ਘਰ ਨੂੰ ਚਲੀਏ ਉੱਠ ਤਾਂ ਕਮਰ ਨੇ ਪਹਿਲਾਂ ਆਪਣਾ ਬੋਝ ਚੁੱਕਿਆ ਤੇ ਉਹਦੇ ਉੱਤੇ ਸ਼ੰਕਰ ਵਾਲਾ ਵੀ ਰੱਖ ਲਿਆ ਤੇ ਸ਼ੰਕਰ ਨੇ ਜਿਆ ਕਰਨੋਂ ਰੋਕਿਆ ਪਰ ਉਹ ਨਹੀਂ ਸੁਣਿਆ ਨਹੀਂ ਕਮਰ ਅੱਗੇ ਅੱਗੇ ਤੇ ਸ਼ੰਕਰ ਪਿੱਛੇ ਪਿੱਛੇ ਤੁਰੇ ਜਾ ਰਹੇ ਸਨ ਸ਼ੰਕਰ ਨੂੰ ਜਬਦਾ ਸੀ ਜਿਵੇਂ ਕਮਰ ਨੇ ਉਹਦੇ ਦੋਵੇਂ ਬੋਧ ਚੁਕਲੇ ਹੁਣ ਸਿਰ ਵਾਲਾ ਵੀ ਤੇ ਅੰਦਰ ਲਾਵੇ ਅੰਗ ਦੂਸਰਾ ਰਾਏ ਸਾਹਿਬ ਲਾਲਾ ਮਨਾਤੀ ਹਵੇਲੀ ਬਾਗ ਬਾਹਪੂਰੇ ਦੀ ਆਬਾਦੀ ਚ ਉੱਗੀ ਹੈ ਸਰਾਵਾਂਗੇ ਦੀਆਂ ਚਾਰੇ ਪਾਈਆਂ ਦਸਾਂ ਦਸਾਂ ਕੋਠੜੀਆਂ ਦੇ ਰੂਪ ਚ ਬਣੀਆਂ ਹੋਈਆਂ ਸਨ ਕੁੱਲ 40 ਕੋਠੜੀਆਂ ਵੱਡੇ-ਵਡੇਰਿਆਂ ਦੀ ਜ਼ੁਬਾਨੀ ਸੁਣਿਆ ਜਾਂਦਾ ਹੈ ਕਿ ਰਾਏ ਸਾਹਿਬ ਦੇ ਬਜ਼ੁਰਗਾਂ ਨੇ ਇਹ ਇਮਾਰਤ ਆਏ ਗਏ ਮੁਸਾਫਰਾਂ ਦੀ ਰਹਾਇਸ਼ ਲਈ ਸਰਾਂ ਦੀ ਸ਼ਕਲ 'ਚ ਬਣਾਈ ਸੀ ਪਰ ਜਦ ਤੋਂ ਰਾਏ ਸਾਹਿਬ ਨੇ ਵੱਡਿਆਂ ਦੀ ਵਿਰਾਸਤ ਸੰਭਾਲੀ ਇਹਦਾ ਨਾਮ ਸਰਾਂ ਤੋਂ ਹਵੇਲੀ ਰੱਖ ਦਿੱਤਾ ਗਿਆ ਤੇ ਮੁਸਾਫਰਾਂ ਦੀ ਥਾਂ ਅੱਜਕੱਲ੍ਹ ਇਸ 'ਚ ਰਾਏ ਸਾਹਿਬ ਦੇ کارਖਾਨੇ 'ਚ ਕੰਮ ਕਰਨ ਵਾਲੇ ਮਜ਼ਦੂਰ ਵਸਦੇ ਹਨ ਜਿਨ੍ਹਾਂ ਪਾਸੋਂ 4 ਰੁਪਏ فی ਕੋਠੜੀ ਕਿਰਾਇਆ ਵਸੂਲ ਕੀਤਾ ਜਾਂਦਾ ਹੈ ਹਰੀ ਕੋਠੜੀ ਚ ਦੋ ਮੰਜ਼ੀਆਂ ਦੀ ਥਾਂ ਤੇ ਹਰ ਕੋਠੜੀ ਅੱਗੇ ਡੂੜਕ ਮੰਜੇ ਦਾ ਵੇੜਾ ਛੱਡਿਆ ਹੋਇਆ ਹੈ ਜਿਸ ਚ ਮਜ਼ਦੂਰਾਂ ਦੀਆਂ ਸੁਆਣੀਆਂ ਰੋਟੀ ਟੁੱਕ ਕਰਦੀਆਂ ਕੋਠੜੀਆਂ ਦੀਆਂ ਕੰਧਾਂ ਭਾਵੇਂ ਪੱਕੀਆਂ ਇੱਟਾਂ ਦੀਆਂ ਹਨ ਪਰ ਜਿੱਥੋਂ ਕੋਈ ਇੱਟ ਨਿਕਲ ਗਈ ਮੁੜ ਕੇ ਕਿਸੇ ਨੂੰ ਉਹ ਖੱਪਾ ਪੂਰਨ ਦੀ ਲੋੜ ਨਹੀਂ ਪਾਸੀ ਇਹੋ ਕਾਰਨ ਹੈ ਕਿ ਕਈਆਂ ਕੰਧਾਂ ਵਿੱਚੋਂ ਦੁਸਾਰ ਪਾਰ ਮਘੋਰੇ ਹੋ ਗਏ ਹੈ ਛੱਤਾਂ ਦੀ ਹਾਲਤ ਇਦੋਂ ਵੀ ਖਸਤਾ ਹੈ ਲੰਬੀ ਕਰਾਈ ਨੂੰ ਜੋਗੀ ਪੀਤ ਕੇ ਜਾਪਦੇ ਹੈ ਹਵੇਲੀ ਦੇ ਮੋਕਲੇ ਵੇੜੇ ਚ ਇੱਕ ਕੋਈ ਜ਼ਮੀਨੀ ਨਲਕਾ ਹੈ ਜਿਹੜਾ ਇਹਨਾਂ 40 ਘਰਾਂ ਦੀ ਲੋੜ ਪੂਰੀ ਕਰਨ ਲਈ ਬਣਾਇਆ ਗਿਆ ਪਰ ਬਣਾਉਣ ਤੋਂ ਬਾਅਦ ਸ਼ਾਇਦ ਇੱਕ ਵਾਰੀ ਵੀ ਕਿਸੇ ਨੇ ਮੋੜੇ ਦੀ ਸੋਧ ਨਹੀਂ ਲਈ ਜਾਪਦੀ ਜਿਸ ਕਰਕੇ ਕਦੇ ਇਹਦੀ ਹੱਥੀ ਉਖੜੀ ਰਹਿੰਦੀ ਹੈ ਕਦੇ ਬੋਕੀ ਖਰਾਬ ਕਦੇ ਕਾਬਲੇ ਕੰਮ ਕਰਨੋ ਆਰੀ ਹੁੰਦੀ ਹੈ ਗੜਨ ਲੱਗਿਆ ਇਹਦੀ ਕਿਰਚੂ ਕਿਰਚੂ ਆਵਾਜ਼ ਨਾਲ ਹਵੇਲੀ ਤੋਂ ਬਾਹਰ ਵਸਦੇ ਲੋਕਾਂ ਦੇ ਆਰਾਮ 'ਚ ਵੀ ਜਾ ਖਲਲ ਪੈਂਦਾ ਹੈ ਪਾਣੀ ਦਾ ਇਹ ਹਾਲਾਂਕਿ 70 ਗੇੜੇ ਦੇਣ ਨਾਲ ਮਸੇ ਕਿਤੇ ਬਾਲਟੀ ਭਰਦੀ ਹੈ ਖੁਰੇ ਦੀ ਜ਼ਮੀਨ ਕੱਚੀ ਹੋਣ ਕਰਕੇ 20 20 ਮਰਬਾ ਫੁੱਟ ਤਾਂ ਦਲਦਲ ਬਣ ਗਈ ਹੈ ਜਿਸ ਸੇਟਾਂ ਪੱਥਰ ਸੁੱਟ ਕੇ ਨਲਕੇ ਤੀਕ ਪਹੁੰਚਣ ਦੀ ਰਾਹ ਬਣਾਇਆ ਹੋਇਆ ਹੈ ਫੇਰ ਵੀ ਕਦੇ-ਕਦਾਈ ਕੋਈ ਨਿੱਕਾ ਨਿਆਣਾ ਇਸ ਖੋਬੇ 'ਚ ਫਾਸੀ ਜਾਂਦਾ ਕੋਠੜੀਆਂ ਦੇ ਮੂਰੇ ਕੋਈ ਛੱਜਾ ਬਰਾਂਡਾ ਨਾ ਹੋਣ ਕਰਕੇ ਕਿਰਾਏਦਾਰਾਂ ਨੇ ਤੱਪੜ ਪੂਰੀਆਂ ਤਾਣ ਕੇ ਧੁੱਪ ਤੋਂ ਬਚਣ ਦਾ ਉਪਰਾਲਾ ਕੀਤਾ ਹੋਇਆ ਹੈ ਲੱਖ ਲੱਖ ਜਾਂ ਗੋਡੇ-ਗੋਡੇ ਕੱਚੀਆਂ ਕੰਦੋਲੀਆਂ ਉਸਾਰ ਕੇ ਚੁੱਲ੍ਹੇ ਚੌਂਕੇ ਦੇ ਥਾਂ ਬਣਾਏ ਹੋਏ ਹੈ ਗਰੀਬਾਂ ਦੀ ਇਸ ਛੋਟੀ ਜੀ ਬਸਤੀ 'ਚ ਜਿੱਧਰ ਦੇਖੋ ਕਿਰਨਾਜੋਗ ਦ੍ਰਿਸ਼ੀ ਦਿਖਾਈ ਦਿੰਦੇ। ਬਾਲ, ਬੁੱਢੇ ਮਰਦ, ਤ੍ਰੇਮਤਾ ਸਭ ਦੇ ਤੁਨ ਉਤੇ ਕੱਪੜਿਆਂ ਦੇ ਥਾਂ ਛੱਜ-ਛੱਜ ਲੀਰਾਂ ਲੰਮਕਦੀਆਂ ਹਨ। ਮਿੱਟੀ ਘੱਟੇ ਤੇ ਚਿੱਕੜ ਖੋਬੇ ਨੇ ਜ਼ਮੀਨ ਦੇ ਟੁਕੜੇ ਨੂੰ ਨਰਕ ਦਾ ਨਮੂਨਾ ਬਣਾ ਦਿੱਤਾ ਹੋਇਆ। ਭੁੱਖ ਤੇ ਬੇਵਸੀ ਨੇ ਇਹ ਦੇ ਵਾਸੀ ਤੁਰਦੇ ਫਿਰਦੇ ਮੁਰਦੇ ਬਣਾ ਦਿੱਤੇ। ਪਰ ਸਿਆਣਿਆਂ ਦਾ ਇਹ ਕਹਿਣਾ ਬ्यर्थ ਨਹੀਂ ਕਿ ਹਰ ਇੱਕ ਕਸੌਣੀ ਚੀਜ਼ ਦੇ ਵੀ ਕਿਸੇ ਨਾ ਕਿਸੇ ਅੰਸ਼ ਵਿੱਚ ਕੋਈ ਸੋਹਪਣ ਜ਼ਰੂਰ ਹੁੰਦਾ ਹੈ। ਕੀ ਕਮਲ ਦੇ ਉਗਣ ਲਈ ਚਿੱਕੜ ਭਰੇ ਛੰਬਾਂ ਤੋਂ ਛੁੱਟ ਕੋਈ ਥਾਂ ਨਹੀਂ ਸੀ ਕੀ ਮੋਤੀਆਂ ਦੀ ਪੈਦਾਇਸ਼ ਲਈ ਸਿਬਾਲ ਭਰੀਆਂ ਸਮੁੰਦਰੀ ਚਟਾਨਾਂ ਤੋਂ ਬਿਨਾਂ ਹੋਰ ਕੋਈ ਟਿਕਾਣਾ ਨਹੀਂ ਕੀ ਹਿਰਨ ਦੀ ਧੁੰਨੀ ਕਸਤੂਰੀ ਦਾ ਨਿਵਾਸ ਹੋਣਾ ਚਾਹੀਦਾ ਸੀ ਪਰ ਇਹ ਹੋਣਾ ਹੀ ਚਾਹੀਦਾ ਸੀ ਕਿਉਂਕਿ ਜੇ ਅਜਿਆ ਨਾ ਹੁੰਦਾ ਤਾਂ ਦੁਨੀਆ ਇਹਨਾਂ ਚੀਜ਼ਾਂ ਨੂੰ ਬੇਕਦਰੀ ਤੇ ਦੇ ਹਥਿਆਰ ਨਾਲ ਮਿਟਾ ਦਿੰਦੀ ਅਮੀਰੀ ਤੇ ਐਸ਼ ਦੇ ਨਸ਼ੇ 'ਚ ਚੂਰ ਹੋਇਆ ਮਨੁੱਖ ਗਰੀਬ ਤੇ ਗਰੀਬੀ ਨੂੰ ਘਿਰਨਤ ਸਮਝ ਕੇ ਪੱਲਾ ਛਡਾਉਣਾ ਸੰਗਦਾ ਪਰ ਕੁਦਰਤ ਦਾ ਦਿਲ ਬੜਾ ਵਿਸ਼ਾਲ ਹੈ। ਉਹਨੇ ਅਜ ਤੀਕ ਜਿੰਨੀਆਂ ਮਹਾਨ ਹਸਤੀਆਂ ਨੂੰ ਜਨਮ ਦਿੱਤਾ ਲਗਭਗ ਗਰੀਬਾਂ ਦੇ ਹੀ ਘਰੀਂ ਦਿੱਤਾ ਹੈ। ਕੁਦਰਤ ਦਾ ਇਹ ਕ੍ਰਿਸ਼ਮਾ ਰਾਏ ਸਾਹਿਬ ਦੀ ਇਸ ਹਵੇਲੀ 'ਚ ਦਿਖਾਈ ਦਿੰਦਾ ਹੈ। ਇੱਥੇ ਇੱਕ ਥਾਂ ਐਸੀ ਵੀ ਹੈ ਜਿਹੜੀ ਬਦੋਬਦੀ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੀ ਹੈ। ਇਹ ਉਹਨਾਂ 40 ਕੋਠੜੀਆਂ ਵਿੱਚੋਂ ਇੱਕ ਕੋਠਰੀ ਹੈ। ਇਹਦਾ ਬਰਲਾ ਢਾਰਾ ਕੁਝ ਉੱਚੇ-ਚੇ ਤੇ ਸੁਚੱਜੇ ਢੰਗ ਦਾ ਬਣਿਆ ਹੋਣ ਦੇ ਨਾਲ ਹੀ ਅਤਿ ਦਰਜੇ ਦਾ ਦਿਲਖੇੜਵਾ ਵੀ ਹੈ। ਥਾਂ ਭਾਂਵੇਂ ਇਹ ਵੀ ਹੋਰ ਨਾ ਕੋਠੜੀਆਂ ਦੇ ਬਾਹਰਲੇ ਹਿੱਸਿਆਂ ਜਿੰਨੀ ਹੈ ਪਰ ਇਹਦੀ ਲੰਬੀ ਪੋਚੀ ਕੰਧ ਤੇ ਛੱਪਰ ਉਤੇ ਲਹਿਲਾ ਕਰਦੀ ਮਾਲਤੀ ਦੀ ਸੰਘਣੀ ਵੇਲ ਤੋਂ ਹੀ ਉਨਜਾਪਦਾ ਜਵੇਂ ਨੇ ਘਰ ਦੀ ਗਰੀਬੀ ਨੂੰ ਕੱਜਿਆ ਹੋਇਆ ਹੈ ਵੇਲ ਛੱਤ ਤੋਂ ਬੁਹੇ ਅੱਗੇ ਰੱਖੇ ਹੋਏ ਫੁੱਲਾਂ ਦੇ ਕੁਝ ਗਮਲੇ ਵੀ ਇਸ ਨਿੱਕੇ ਜਿਹੇ ਘਰ ਦੀ ਸੁੰਦਰਤਾ ਨੂੰ ਚਮਕਾ ਰਹੇ ਹੈ ਮਾਲਤੀ ਦੀ ਵੇਲ ਨਾਲ ਝੂਮ ਰਹੀਆਂ ਬੇਉੜਕ ਕਲੀਆਂ ਤੇ ਵਿੱਚ ਵਿੱਚ ਅਧ ਖੜੇ ਫੁੱਲ ਆਪਣੀ ਮਾਸੂਮ ਮੁਸਕਰਾਟ ਰਹੀ ਮਨੋਂ ਮਨੋਂ ਮੂੰਹੋਂ ਬੋਲ ਆਖ ਰਹੀ ਹੈ ਕਿ ਨਾ ਸਬਨਾ ਨੂੰ ਕਿਸੇ ਦੇ ਕੋਮਲ ਪਿਆਰ ਰਤੇ ਹੱਥਾਂ ਦੀ ਛੋਹ ਨੇ ਕਿਸੇ ਦੀ ਰੀਝਾਂ ਭਰੀ ਪਾਲਣਾ ਨੇ ਰੂਪ ਤੇ ਸੁਗੰਧੀ ਨਾਲ ਲੱਦ ਦਿੱਤਾ ਬੂਏ ਅੱਗੇ ਪਲਮ ਦੀਆਂ ਕਰੂੰਬਲਾਂ ਵਿੱਚੋਂ ਡਾਢੀ ਸੁਗੜਤਾਂ ਨਾਲ ਅੰਦਰ ਲੰਘਣ ਲੰਘਣ ਲਈ ਨਿੱਕਾ ਜਿਹਾ ਦਰਵਾਜ਼ਾ ਬਣਿਆ ਹੋਇਆ ਹੈ ਜਿਸ ਥਾਣੀ ਅੰਦਰ ਲੰਘਣ ਲੱਗਿਆਂ ਇੱਕ ਵਾਰੀ ਭੁਲੇਖਾ ਲੱਗ ਜਾਂਦਾ ਹੈ ਕਿ ਕਿਸੇ ਗਰੀਬ ਦਾ ਘਰ ਹੈ ਜਾਂ ਕਿਸੇ ਦੇਵ ਕੰਨਿਆਂ ਦਾ ਨਿਵਾਸ ਸਥਾਨ ਖਾਸ ਕਰਕੇ ਉਦੋਂ ਕਿਸੇ ਸਵਰਗੀ ਦ੍ਰਿਸ਼ ਦਾ ਅਨੁਭਵ ਹੁੰਦਾ ਹੈ ਜੱਦ ਲਈ ਜਾਂਦਰਕ ਇੱਕ ਖਿੜ ਮਹਿਕਦੇ ਸਜੀਵ ਫੁੱਲ ਉਤੇ ਨਜ਼ਰ ਪੈਂਦੀ ਹੈ ਜਿਦੇ ਖੇੜੇ ਨੇ ਜਿਦੀ ਸੁੰਦਰਤਾ ਦੀਆਂ ਸੀਤਲ ਸ਼ਵਾਵਾਂ ਨੇ ਇਸ ਗਰੀਬ ਕੋਠੜੀ ਦੇ ਨੁਕਰ-ਨੁਕਰ ਨੂੰ ਮਹਿਕਾਇਆ ਜਗਮਗਾਇਆ ਹੋਇਆ ਵੇਖ ਕੇ ਇੱਕ ਵਾਰੀ ਕੁਦਰਤ ਦੀ ਨੇ ਮਾਮਲੀ ਤੋਂ ਤਰਕ ਬਾਗੀ ਹੋ ਉਠਦਾ ਹੈ ਕਿ ਸੋਹਣੇ ਫੱਬਣਾ ਲੱਦੇ ਫੁੱਲ ਨਾਲ ਕੁਦਰਤ ਨੇ ਕਿੰਨਾ ਨਿਆ ਅਨਿਆੰ ਕੀਤਾ ਇਹਨੂੰ ਸੁਹੱਪਣ ਦੇਸ਼ ਦੀ ਕਿਸੇ ਅਲੌਕਿਕ ਫਲਵਾੜੀ ਚੋਂ ਪੁੱਟ ਕੇ ਇਥੇ ਇਸ ਕੰਗਾਲ ਕੁਟਿਆ ਚ ਲਿਆ ਲਾਇਆ ਕੀ ਇਹਦੀਆਂ ਸੋਹਲ ਪੰਖੜੀਆਂ 'ਚ ਤਾਬ ਹੋਏਗੀ ਗਰੀਬੀ ਦੀਆਂ ਤੱਤੀਆਂ ਲੂਆਂ ਨੂੰ ਸਹਾਰਨ ਦੀ ਕੀ ਇਸ ਨਾਜ਼ੁਕ ਪੌਦੇ ਦੀਆਂ ਜੜ੍ਹਾਂ 'ਚ ਸਮਰੱਥਾ ਹੈ ਮੁਸੀਬਤਾਂ ਦੇ ਝੱਖੜ ਝੋਲਿਆਂ 'ਚ ਖੜੇ ਰਹਿਣ ਦੀ ਕੀ ਇਸ ਸੁੰਦਰਤਾ 'ਚ ਦ੍ਰਿੜਤਾ ਹੈ ਈਰਖਾ ਤੇ ਲੰਪਟ ਨਜ਼ਰ ਤੋਂ ਬਚੇ ਰਹਿਣ ਦੀ ਇਸ ਜਿਉਂਦੇ ਫੁੱਲ ਦਾ ਨਾਂ ਵੀ ਮਾਲਤੀ ਹੈ ਇਹੋ ਹੈ ਉਹ ਆਭਾਗੇ ਸ਼ੰਕਰ ਦੀ ਜੀਵਨਰਾਸ ਉਹਦੀ ਇਕਲੌਤੀ ਪੁੱਤਰੀ ਦਿੱਲੀਜਾਂ ਦੇ ਨਾਲ ਅੰਦਰਲੇ ਪਾਸੇ ਇੱਕ ਪੀੜੀ ਉੱਤੇ ਬੈਠੀ ਮਾਲਤੀ ਇੱਕ ਸਰਾਣੇ ਦੇ ਉਛਾੜ ਉਤੇ ਫੁੱਲ ਬੂਟੇ ਕੱਢ ਰਹੀ ਹੈ ਤੇ ਵਿੱਚ ਵਿੱਚ ਇੱਕ ਪਿਆਰ ਉਛਾਲਵੀਂ ਨਜ਼ਰ ਨਾਲ ਆਪਣੀ ਵੇਲ ਵੱਲ ਤੱਕ ਲੈਂਦੀ ਹੈ ਮਨ ਉਸ ਵੇਲੇ ਦੇ ਫੁੱਲ ਕਲੀਆਂ ਦੇ ਨਕਸ਼ ਆਪਣੀ ਸੂਈ ਨਾਲ ਕੱਪੜੇ ਤੇ ਉਤਾਰ ਰਹੀ ਹੋਵੇ ਮਾਲਤੀ ਦੀਆਂ ਗੋਰੀਆਂ ਕੋਮਲ ਉਂਗਲਾਂ ਜਿਹੜੀਆਂ ਤੇਜ਼ੀ ਨਾਲ ਸੂਈ ਚਲਾ ਰਹੀਆਂ ਹਨ ਰੁਕ ਗਈਆਂ ਇੱਕ ਸੁਭਕ ਜਿਹਾ ਹੁਲਾਰੇ ਨਾਲ ਉਹਨੇ ਸਿਰ ਪਛਾ ਮੋੜ ਕੇ ਛਿੱਕੂ ਵੱਲ ਤੱਕਿਆ ਤੇ ਫੋਲਿਆ ਪਰ ਜਿਸ ਰੰਗ ਦੇ ਧਾਗੇ ਦੀ ਉਹਨੂੰ ਲੋੜ ਸੀ ਸ਼ਾਇਦ ਉਸ ਚ ਨਹੀਂ ਸੀ ਸ਼ਾਇਦ ਮੁੱਕ ਚੁੱਕਾ ਸੀ ਮਾਲਤੀ ਦੇ ਗੋਰੇ ਚਮਕੀਲੇ ਮੱਥੇ ਉੱਤੇ ਮੁੜਕੇ ਦੀਆਂ ਕੁਝ ਬੂੰਦਾਂ ਹੀਰੇ ਦੀਆਂ ਕਣੀਆਂ ਵਾਂਗ ਚਮਕ ਰਹੀਆਂ ਸਨ ਵਾਲਾਂ ਚੋਂ ਨਿਕਲੀ ਹੋਈ ਇੱਕ ਕੁੰਡਲਦਾਰ ਲਿੱਟ ਉਹਦੀ ਠੋਡੀ ਤੱਕ ਪਹੁੰਚ ਕੇ ਕਿਸੇ ਵੇਲੇ ਆਪਣੇ ਮਹੀਨ ਸਿਰੇ ਉੱਤੇ ਇੱਕ ਚਮਕਦਾ ਮੋਤੀ ਰੱਖ ਕੇ ਉਸ ਤੋਂ ਵਾਰ ਦਿੰਦੀ ਉਹਨੇ ਚੁੰਨੀ ਨਾਲ ਮੱਥਾ ਪੁੰਝਿਆ ਫਿਰ ਬਾਹ ਤਾਂ ਕਰਕੇ ਇੱਕ ਦੋ ਅੰਗੜਾਈਆਂ ਲਈਆਂ ਫਿਰ ਹਿਰਨੀ ਦੇ ਬੱਚੇ ਵਾਂਗ ਚੁੰਗੀ ਭਰ ਕੇ ਬਾਹਰ ਆਪਣੀ ਵੱਲ ਆਪਣੀ ਵੇਲ ਛੱਤ ਹਾਈਟ ਆਖੜ ਉਤੀ ਮਾਲਤੀ ਦੀ ਉਮਰ ਇਸ ਵੇਲੇ 15ਵੇਂ ਬਰੇ ਨੂੰ ਲੰਘ ਕੇ 16ਵੇਂ ਚੱਪੜ ਚੁੱਕੀ ਹੈ ਪਰ ਉਹਦੇ ਨਕਸ਼ਾ ਦੀ ਸਰਲਤਾ ਤੇ ਅੰਗਾਂ ਦੀ ਬੇ ਸੰਕੋਚ ਸੁਤੰਤਰ ਹਰਕਤਾਂ ਦੱਸਦੀਆਂ ਕਿ ਅਜੇ ਤੀ ਕਨੇ ਬਾਲ ਬਰੇਸ ਦੀ ਮੰਜ਼ਲ ਸਮਾਪਤ ਨਹੀਂ ਕੀਤੀ ਉਹਦੇ ਤਨ ਦੇ ਕੱਪੜੇ ਭਾਵੇਂ ਸਾਧਮੁਰਾਦੇ ਤੇ ਸਸਤੇ ਭਾਦੇ ਹਨ ਪਰ ਇਹਨਾਂ ਦਾ ਸੁਚੱਜਾ ਪਹਿਰਾਵਾ ਇਹਨਾਂ ਦੀ ਧਿਆਨਪ੍ਰੀ ਸਫਾਈ ਜਿੱਥੇ ਉਹਦੇ ਸੁਹੱਪਣ ਨੂੰ ਚਾਰ ਚੰਨ ਲਾ ਦਿੱਤੇ ਉੱਥੇ ਉਹਦੇ ਗੁਨਾ ਦੇ ਵੀ ਸਾਖੀ ਪਰਦੇ ਉਹ ਫੇਰ ਆ ਕੇ ਬੈਠ ਗਈ ਤੇ ਸਰਾਣੇ ਦੇ ਗੁਲਾਬ ਨੂੰ ਦੋਹਾਂ ਗੋਡਿਆਂ ਉੱਤੇ ਤਾਣ ਕੇ ਉਹਦੇ ਫੁੱਲਾਂ ਬੂਟਿਆਂ ਉੱਤੇ ਆਪਣੀ ਨਜ਼ਾਕਤ ਭਰੀ ਉਂਗਲੀ ਰੱਖਦੀ ਹੋਈ ਆਪਣੀਆਂ ਮੋਟੀਆਂ ਗੋਲ ਅੱਖਾਂ ਉਹਨਾਂ ਤੇ ਗੱਡ ਕੇ ਇਸ ਤਰ੍ਹਾਂ ਗੱਲਾਂ ਕਰਨ ਲੱਗੀ ਸਾਰੇ ਨੁਕਰਾਂ ਤਾਂ ਪੂਰੀਆਂ ਹੋ ਗਈਆਂ ਬਾਕੀ ਰਹਿ ਗਿਆ ਵਿੱਚ ਘੜ ਲਾ ਗੁਲਦਸਤਾ ਹਰੇ ਨਾਲ ਪੱਤੀਆਂ ਤੇ ਗੁਲਾਬੀ ਨਾਲ ਫੁੱਲ ਬਣਾਵਾਂਗੇ ਕਲੀਆਂ ਲਈ ਨੀਮ ਫਿਰੋਜੀ ਪਰ ਉਹ ਤਾਂ ਮੁੱਕਿਆ ਹੋਇਆ ਤਰਬੂਜੀ ਸਜਣਾ ਨੇ ਕਾਸ਼ ਨੇ ਵੀ ਬੁਰਾ ਲਗੇ ਗਿਣਤੀਆਂ ਗਿਣਦੀ ਉਹ ਫੇਰ ਉਠੀ ਵੇਲਾਂ ਦੇ ਉਸ ਨਿੱਕੇ ਜਿਹੇ ਡਾਟ ਨੁਮਾਂਦਰਵਾਜ਼ੇ 'ਚ ਖੜੋ ਕੇ ਕਿਸੇ ਦੀ ਉਡੀਕ ਕਰਨ ਲੱਗੀ ਇਸੇ ਵੇਲੇ ਵੇਲ ਛੱਤ ਉੱਪਰੋਂ ਇੱਕ ਚਿੱਟਾ ਫੁੱਲ ਟੁੱਟ ਕੇ ਮੱਥੇ ਨਾਲ ਠੈਕਦਾ ਹੋਇਆ ਪੁੰਜੇ ਜਾ ਡਿਗਾ ਸ਼ਾਇਦ ਤੱਤੀ ਹਵਾ ਦੇ ਬੁੱਲੇ ਨੇ ਉਹਨੂੰ ਦੁਖੀ ਕੀਤਾ ਸੀ ਤੇ ਮਾਲਤੀ ਪਾਸ ਫਰਿਆਦ ਲੈ ਕੇ ਆਇਆ ਸੀ ਮਾਲਤੀ ਨੇ ਚਟਪਟਨੀਓਂ ਕੇ ਫੁੱਲ ਨੂੰ ਚੁੱਕ ਲਿਆ ਜਿਹੜਾ ਅਧ ਕੁਮਲਾਈ ਜੀ ਹਾਲਤ ਵਿੱਚ ਸੀ ਮਾਲਤੀ ਉਹਨੂੰ ਸੱਜੇ ਹੱਥ ਫੜ ਕੇ ਖੱਬੇ ਹੱਥ ਦੀ ਉਂਗਲਾ ਨਾਲ ਇਸ ਤਰ੍ਹਾਂ ਪਲੋਸਣ ਲੱਗੀ ਜਿਵੇਂ ਜਿਵੇਂ ਕੋਈ ਭੈਣ ਆਪਣੇ ਨਿੱਕੇ ਵੀਰ ਨਾਲ ਕਰਦੀ ਹੈ ਤੇ ਉਸ ਨਾਲ ਇਹ ਗੱਲਾਂ ਕਰਨ ਲੱਗੀ ਮੇਰੇ ਛਿੰਦੋਂ ਨੂੰ ਕੀ ਹੋਇਆ ਸੀ ਵੇਖਾਂ ਕਿ ਕੰਬੁੱਲ ਸੁੱਕਦੇ ਜਾਂਦੇ ਨੇ ਆਖਾਂ ਵਿੱਚ ਠੰਡਾ ਪਾਣੀ ਪਿਆਵਾ ਤੇ ਅੰਦਰ ਜਾ ਕੇ ਉਹਨੇ ਘੜੇ ਚੋਂ ਪਾਣੀ ਦਾ ਗਲਾਸ ਭਰਿਆ ਉਸ ਫੁੱਲ ਨੂੰ ਟਿਕਾ ਦਿੱਤਾ ਪਾਣੀ ਮਿਲਦੇ ਹੀ ਫੁੱਲ ਦੀ ਜੀਵਨ ਸਤਾ ਕੁ ਚਿਰ ਲਈ ਮੁੜਾਈ ਗਲਾਸ ਮਾਲਤੀ ਦੇ ਹੱਥ ਵਿੱਚ ਤੇ ਮਾਲਤੀ ਦਾ ਫੁੱਲ ਹੁਲਾਰੇ ਲੈਂਦਾ ਹੋਇਆ ਮਾਨੂੰ ਆਪਣੀ ਮਲਕਾ ਨਾਲ ਹੱਸ-ਹੱਸ ਕੇ ਗੱਲਾਂ ਕਰ ਰਿਹਾ ਸੀ ਅੰਦਰ ਜਾ ਕੇ ਉਹਨੇ ਗਲਾਸ ਨੂੰ ਆਲੇ ਵਿੱਚ ਟਿਕਾ ਦਿੱਤਾ ਫਿਰ ਬਾਹਰ ਆ ਕੇ ਸਾਰੇ ਫੁੱਲਾਂ ਤੇ ਕਲੀਆਂ ਨੂੰ ਬਾਰੋ-ਬਾਰੀ ਟੱਕਣ ਲੱਗੇ ਸ਼ਾਇਦ ਪਾਣੀ ਦੀ ਥੁੜ ਕਰਕੇ ਜਾਂ ਤੱਤੀ ਲੂ ਦੇ ਥੱਪੇੜਿਆਂ ਨਾਲ ਇਹ ਸਾਰੇ ਉਹਨੂੰ ਔਖੇ ਜਾਪਦੇ ਸਨ ਜਿਵੇਂ ਬਿਮਾਰ ਸਬੰਧੀ ਲਈ ਕੋਈ ਡਾਕਟਰ ਵੱਲ ਦੌੜਦਾ ਮਲਤੀ ਭਜ ਕੇ ਅੰਦਰੋਂ ਛੋਟੀ ਬਾਲਟੀ ਚੁੱਕ ਲਈ ਨਲਕੇ ਵੱਲ ਉੱਠ ਨੱਠੀ ਭਾਰੇ ਪੱਥਰ ਨਲਕੇ ਨੂੰ ਉਹ ਸਾਰਾ ਜ਼ੋਰ ਲਾ ਕੇ ਗੇੜ ਰਹੀ ਸੀ ਧੁੱਪ ਨਾਲ ਉਹਦੇ ਗੋਰੇ ਮੁਖੜੇ ਦਾ ਰੰਗ ਬਨਾਤ ਵਰਗਾ ਹੋ ਜਾਂਦਾ ਸੀ ਬਾਹਾਂ ਦੀ ਥਕਾਵਟ ਨਾਲ ਉਹਨੂੰ ਸਾਹ ਚੜ ਰਿਆ ਸੀ ਜਿਸ ਨਾਲ ਉਹਦੀ ਸੁੰਦਰਤਾ ਹੋਰ ਵੀ ਨਿਖਰ ਆਈ ਸੀ ਪਰ ਥੱਕ ਜਾਣ ਦੇ ਵੀ ਉਹਨੇ ਗੇੜਨਾ ਨਾ ਛੱਡਿਆ ਇਸ ਵੇਲੇ ਸ਼ਾਇਦਾਂ ਦੀ ਗੁੰਡੀ ਉਹਦੀ ਮੂਰਖਤਾ ਉੱਤੇ ਹੱਸ ਰਹੇ ਹੋਣਗੇ ਪਰ ਉਹ ਆਪਣੇ ਕੰਮ 'ਚ ਮਸਤ ਸੀ ਇੱਕ ਬਾਲਟੀ ਫਿਰ ਦੂਜੀ ਫਿਰ ਤੀਜੀ ਮਾਲਤੀ ਮੁੜ ਕੇ ਨਾਲ ਭej ਗਈ ਸਾਹ ਨਾਲ ਸਾਹ ਨਾਲ ਨੌਕਾ ਹੋ ਗਿਆ ਤੀਜੀ ਬਾਲਟੀ ਹੈ ਜੀ ਅੱਧੀ ਹੋਈ ਸੀ ਕਿ ਹਵੇਲੀ ਦੇ ਦਰਵਾਜ਼ੇ ਵੱਲੋਂ ਕਿਸੇ ਦੀ ਆਵਾਜ਼ ਆਈ ਮਾਲਾ ਪੁੱਤੇ ਨੀ ਧੋਪ 'ਚ ਛੱਡ ਦੇ ਮੈਂ ਇਹ ਬਾਲਣ ਰੱਖ ਆਵਾਂ ਪਾ ਦੇਣਾ ਤੇਰੇ ਬੂਟਿਆਂ ਨੂੰ ਪਾਣੀ ਇਹ ਆਵਾਜ਼ ਕਮਰ ਦੀ ਸੀ ਜਿਹੜਾ ਸ਼ੰਕਰ ਤੋਂ ਕੋਈ 10 ਕਦਮ ਅਗੇਰੇ ਤੁਰਦਾ ਪਹਿਲਾਂ ਪਹੁੰਚਾ ਸੀ ਕੋਈ ਨਹੀਂ ਚਾਚਾ ਮੈਂ ਥੱਕੀ ਤੇ ਨਹੀਂ ਕਹਿ ਕੇ ਮਾਲਤੀ ਉਵੇਂ ਲੱਗੀ ਰਹੀ ਤੇ ਉਧਰ ਕਮਰ ਦੀ ਤੋਰ ਹੋਰ ਤੇਜ਼ ਹੋ ਗਈ ਤੇ ਆਪਣੀ ਕੋਠੀ ਕੋਠੜੀ ਤੋਂ ਕੁਝ ਉਰੇਈ ਬਾਲਣ ਸੁੱਟ ਕੇ ਉਮੜ ਮਾਲਤੀ ਪਾਸ ਆ ਪੁਝਾ ਉਹਦਾ ਹੱਥ ਨਲਕੇ ਦੀ ਹੱਥੀ ਨਾਲ ਹਟਾ ਕੇ ਉਹਨੂੰ ਘਰ ਵੱਲ ਤੱਕਦਾ ਹੋਇਆ ਕਹਿ ਕੇ ਪਾਣੀ ਗੇੜਨ ਲੱਗਾ ਜਾ ਰਮਾਨ ਨਾਲ ਬਹਿ ਜਾ ਮਰਨ ਦੀ ਸਲਾਹ ਚੜੇਲੇ ਚਾਚੀ ਆਪਣੀ ਨੂੰ ਆਖ ਦਿੰਦੀਓ ਜੇ ਸਰਪਰ ਤੂੰ ਦੁਪਹਿਰੀ ਪਾਣੀ ਪਾਣਾ ਸੀ ਤਾਂ ਤੇ ਆਪਣੇ ਮਿਹਰਬਾਨ ਚਾਚੇ ਦੇ ਸਭੇ ਮਾਨ ਭਰੇ ਅਹਸਾਨ ਨਾਲਦੀ ਮਾਲਤੀ ਕੁਝ ਕਹਿਣੀ ਲੱਗੀ ਸੀ ਕਿ ਬਰ ਉਹਨੂੰ ਆਪਣਾ ਪਿਤਾ ਹੋਂਦਾ ਦਿਖਾਈ ਦਿੱਤਾ ਭੱਜ ਕੇ ਸ਼ੰਕਰਵਲ ਵਦੀ ਤੇ ਪਹਿਲਾ ਸਵਾਲ ਉਹਨੇ ਕੀਤਾ ਬਾਊ ਜੀ ਤੁਸੀਂ ਤਾਂ ਸੌਦਾ ਲੈਣ ਗਏ ਸੀ ਹੈਰਾਨੀ ਤੇ ਪ੍ਰਸ਼ਨ ਭਰੀ ਨਜ਼ਰ ਨਾਲ ਉਹ ਪਿਓ ਦੇ ਨਿਰਾਸ਼ ਚਿਹਰੇ ਵੱਲ ਤੱਕਣ ਲੱਗੀ ਸ਼ੰਕਰ ਚੁੱਪ ਸੀ ਕਿ ਉਹ ਮਾਲਤੀ ਨੂੰ ਉੱਤਰ ਚ ਕਹਿੰਦਾ ਕਿ ਹਟਵਾਣੀਆਂ ਨੇ ਪਿਛਲੇ 3 ਮਹੀਨਿਆਂ ਦਾ ਹਿਸਾਬ ਨਾ ਚੁਕਾਣ ਕਰਕੇ ਉਹਨੂੰ ਸੈਦਾਂ ਸੌਦਾ ਦੇਣੋਂ ਇਨਕਾਰ ਕਰ ਦਿੱਤਾ ਹੈ ਕਿ ਉਹ ਇਹ ਵੀ ਦੱਸਣ ਦਾ ਕਿ ਕਾਰਖਾਨੇ ਵੱਲੋਂ ਪਿਛਲੇ ਤਿੰਨ ਮਹੀਨਿਆਂ ਦੀ ਤਨਖਾਹ ਮੰਗਣ ਬਦਲੇ ਉਹਨੂੰ ਨੌਕਰੀਆਂ ਜਵਾਬ ਮਿਲ ਗਿਆ। ਕਿ ਉਹ ਮਾਲਤੀ ਨੂੰ ਇਹ ਵੀ ਦੱਸ ਦੇਵੇ ਕਿ ਅੱਜ ਦਾ ਐਤਵਾਰ ਉਸ ਲਈ ਛੁੱਟੀ ਦਾ ਦਿਨ ਨਹੀਂ ਸਗੁਸ ਦੀ ਵੀ ਛੁੱਟੀ ਦਾ ਦਿਨ ਹੈ। ਉਹ ਚੁੱਪਚਾਪ ਕੋਠੜੀ 'ਚ ਜਾ ਕੇ ਬਿਨਾਂ ਕੁਝ ਕਹਿਆਂ ਮੰਜੇ ਤੇ ਲੰਮਾ ਪੈ ਗਿਆ। ਸ਼ੰਕਰ ਤੇ ਕਮਰ ਦੀਆਂ ਕੋਠੜੀਆਂ ਨਾਲੋਂ ਨਾਲ ਸਨ। ਦੋਆਂ ਘਰਾਂ 'ਚ ਕੇਵਲ ਦੋ-ਦੋ ਜੀ ਰਹਿੰਦੇ ਸਨ। ਇੱਕ ਵਿੱਚ ਸ਼ੰਕਰ ਤੇ ਮਾਲਤੀ ਤੇ ਦੂਜੇ 'ਚ ਕਮਰ ਤੇ ਉਹਦੀ ਘਰਵਾਲੀ ਸਲੀਮਾ। ਕਮਰ ਨੇ ਮਿਹਨਤ ਮਜ਼ਦੂਰੀ 'ਚ ਆਪਣੀ ਸਾਰੀ ਉਮਰ ਬਿਤਾਈ ਹੈ 8-9 ਸਾਲਾਂ ਤੋਂ ਕਾਰਖਾਨੇ 'ਚ ਕੰਮ ਕਰਦਾ ਹੈ। ਉਹਦੀ ਤਨਖਾਹ ਵੀ ਹੋਰ ਮਜ਼ਦੂਰਾਂ ਜਿੰਨੀ ਅਰਥਾਤ 25 ਰੁਪਏ ਜਿਸ 'ਚੋਂ 4 ਰੁਪਏ ਕਿਰਾਏ ਦੇ ਚਲੇ ਜਾਂਦੇ ਹੈ ਪਰ ਸਲੀਮਾ ਵੀ ਕਿਉਂਕਿ ਮਿਹਨਤ ਮਜ਼ਦੂਰੀ ਕਰਕੇ ਪੰਜ-ਸੱਤ ਕਮਾ ਲੈਂਦੀ ਹੈ ਇਸ ਲਈ ਦੋਹਾਂ ਦਾ ਝਟ ਚੰਗਾ ਲੰਘਦਾ ਜਾਂਦਾ ਹੈ। ਸੰਤਾਨ ਦਾ ਮੂੰਹ ਵੇਖਣਾ ਭਾਵੇਂ ਉਹਨਾਂ ਨੂੰ ਅਜੇ ਤੱਕ ਨਸੀਬ ਨਹੀਂ ਹੋਇਆ ਪਰ ਮਾਲਤੀ ਦੀ ਹੋਂਦ ਨੇ ਬਹੁਤ ਹੱਦ ਤੱਕ ਉਹਨਾਂ ਦੀ ਸਿਕ ਪੂਰੀ ਕਰ ਦਿੱਤੀ ਹੋਈ ਹੈ। ਦੋਵੇਂ ਮਾਲਤੀ ਨੂੰ ਆਪਣੀ ਸੰਤਾਨ ਸਮਝ ਕੇ ਪਿਆਰ ਦੇ ਨੇ ਤੇ ਇਧਰ ਤਿੰਨਾਂ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਵਿਚਾਰੇ ਮਜ਼ਦੂਰਾਂ ਦਾ ਜਿਉਣਾ ਦੁਬਾਰ ਹੋ ਰਿਹਾ ਪਰ ਕਮਰ ਨੂੰ ਨਹੀਂ ਤਕਲੀਫ ਨਹੀਂ ਵਾਪਰੀ ਸ਼ੰਕਰ ਦੀ ਹਾਲਤ ਵਿੱਚ ਕਮਰ ਨਾਲੋਂ ਬਹੁਤ ਫਰਕ ਹੈ ਤਨਖਾਹ ਉਹਦੀ ਵੀ ਉਨੀ ਹੈ ਪਰ ਵਿਚਾਰਾ ਸਦਾ ਕਰਜ਼ਾ ਹੀ ਰਹਿੰਦਾ ਇਹਨਾਂ ਪੰਨੀਆਂ ਰੁਪਿਆੰਚੋਂ ਉਹ ਹਮੇਸ਼ਾ ਪੇਟ ਤੇ ਪੱਥਰ ਬਣ ਕੇ ਗੁਜ਼ਾਰਾ ਕਰਨਾ ਪੈਂਦਾ ਉਹਨੇ ਚੰਗੇ ਦਿਨ ਦੇਖੇ ਹੋਏ ਸੀ ਰੱਜੇ ਪੂਜੇ ਘਰ ਦਾ ਜੰਮ ਪਾਲਾ ਕਦੇ ਸਮਾਂ ਸੀ ਸ਼ੰਕਰ ਚੌਹਨ ਖੁਆਕੇ ਖਾਂਦਾ ਸੀ ਪਰ ਸਮੇਂ ਦੇ ਚੱਕਰ ਨੇ ਉਹਨੂੰ ਇਹ ਵੀ ਦਿਨ ਦਿਖਾਣੇ ਸਨ ਕਿ ਇੱਕ ਪੜਿਆ ਲਿਖਿਆ ਆਦਮੀ ਪੇਟ ਦੀ ਅੱਗ ਬੁਝਾਣ ਖਾਤਰ ਮਜ਼ਦੂਰਾਂ 'ਚ ਭਰਤੀ ਹੋਣ ਲਈ ਮਜਬੂਰ ਹੋਵੇ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ 10 ਮਾਤਾਂ ਪੜ੍ਹਿਆ ਤੇ ਚੰਗੇ ਘਰ ਵਿਆਹਿਆ ਵਰਿਆ ਵਿਆਹ ਤੋਂ 4 ਸਾਲ ਬਾਅਦ ਉਹਦੀ ਘਰ ਵਾਲੀ ਪਰਸੂਤ ਪੀੜ ਦਾ ਸ਼ਿਕਾਰ ਹੋ ਕੇ ਉਹਨੂੰ ਸਦਲ ਦਾ ਵਿਛੋੜਾ ਦੇ ਗਈ ਤੇ ਜਾਂਦੀ ਹੋਈ ਉਸ ਪਾਸ ਆਪਣੀ ਅੰਤਮ ਨਿਸ਼ਾਨੀ ਛੱਡ ਗਈ ਇਹ ਉਹ ਮਾਲਤੀ ਜਿਹਨੂੰ ਸ਼ੰਕਰ ਨੇ ਦੁੱਧ ਦੀ ਥਾਂ ਆਪਣੇ ਲਹੂ ਨਾਲ ਪਾਲਿਆ। ਸ਼ੰਕਰ ਦਾ ਪਿਓ ਇੱਕ ਸਿਰਕਾੜਾ ਵਪਾਰੀ ਸੀ ਪਰ ਸੱਟੇ ਦੇ ਝੱਸ ਨੇ ਥੋੜੇ ਚਿਰ ਵਿੱਚ ਉਹਦਾ ਸਭ ਕੁਝ ਖੋ ਲਿਆ। ਸੋਨੇ ਦੀ ਲੰਕਾ ਸਵਾਦ ਢੇਰ ਹੋ ਗਈ ਤੇ ਅਖੀਰ ਇੱਕ ਵਾਰੀ ਘਾਟੇ ਦਾ ਐਸਾ ਸਹ ਤੱਕਾ ਵਜਾ ਕਿ ਉਹਨੇ ਇੱਜ਼ਤ ਦੇਣ ਨਾਲੋਂ ਜਾਨ ਦੇਣੀ ਚੰਗੀ ਸਮਝੀ ਤੇ ਰੇਲ ਦੇ ਪਹੀਆਂ ਹੇਠ ਜਾ ਗਿੱਚੀ ਕਟਵਾਈ। ਇੱਜ਼ਤ ਫੇਰ ਵੀ ਬਰਕਰਾਰ ਨਾ ਰਹਿ ਸਕੀ। ਉਹਦੇ ਕੀਤੇ ਦਾ ਫਲ ਸੰਤਾਨ ਨੂੰ ਭੁਗਤਣਾ ਪਿਆ। ਕਰ ਕੁਲਾਟੂਮ ਟੱਲਾ ਦੇ ਕੇ ਵੀ ਜਦ ਕਰਜ਼ੇ ਦੇ ਭਾਰੀ ਬੋਝ ਹੇਠੋਂ ਸ਼ੰਕਰ ਨੂੰ ਆਪਣਾ ਸਿਰ ਨਿਕਲਦਾ ਨਾ ਦਿਸਿਆ ਤੋ ਇੱਕ ਦਿਨ ਆਪਣੀ ਸਵਾ ਸਾਲ ਦੀ ਬੱਚੀ ਮੋਢੇ ਲਾ ਕੇ ਰਾਤੋਂ ਰਾਤ ਆਪਣੀ ਜਨਮ ਭੂਮੀ ਛੱਡ ਤੁਰਿਆ ਇਸ ਤੋਂ ਬਾਅਦ ਉਹਨੇ ਕਿਹੋ ਜੇ ਠੇਡੇ ਖਾਦੇ ਰਿਜ਼ਕ ਦਾ ਤਕਿਆ ਕਿੱਥੇ ਕਿੱਥੇ ਭਟਕਿਆ ਕਿਵੇਂ ਇਸ ਬਦਨਸੀ ਬੱਚੀ ਨਾਲ ਬੇਆਰਾਮ ਦਿਹਾੜੀਆਂ ਬੇਨੀਂਦ ਰਾਤਾਂ ਤੇ ਲੰਮੇ ਲੰਮੇ 8 ਸਾਲ ਉਸ ਬਤਾਏ ਉਹ ਸ਼ੰਕਰ ਦਾ ਦਿਲੀ ਜਾਣਦਾ ਹੋਵੇਗਾ ਨੌਕਰੀ ਤੋਂ ਨਿਰਾਸ਼ ਹੋ ਕੇ ਕਈ ਵਾਰ ਓਟਕਰੀ ਢੋਣ ਲਈ ਵੀ ਤਿਆਰ ਹੋਇਆ ਪਰ ਇਸ ਵਿੱਚ ਵੀ 4 ਦਿਨ ਕੰਮ 10 ਦਿਨ ਵਿਹਲਾ ਅੰਤ ਨੂੰ ਇੱਕ ਕਾਰਖਾਨੇ 'ਚ ਕੰਮ ਲੱਭਾ ਸ਼ੰਕਰ ਨੂੰ ਰਾਏ ਸਾਹਿਬ ਦੇ ਕਾਰਖਾਨੇ 'ਚ ਕੰਮ ਕਰਦੇ ਆ 5 ਸਾਲ ਹੋ ਗਏ ਇਸ ਵੇਲੇ ਉਹਦੀ ਉਮਰ 45 ਸਾਲ ਤੋਂ ਵੱਧ ਨਹੀਂ ਪਰ ਗਰੀਬੀ ਚਿੰਤਾ ਦੇ ਇੱਕ ناکਾਮ ਲਗਨ ਨੇ ਉਹਦੀ ਸਿਹਤ ਉਤੇ ਨਾ ਭੈੜਾ ਅਸਰ ਕੀਤਾ ਕਿ 60 ਵਰਿਆਂ ਦਾ ਜਾਪਣ ਲੱਗ ਪਿਆ ਪਹਿਲਾਂ ਕੁਝ ਸਮਾਂ ਤਾਂ ਸ਼ੰਕਰ ਨੇ ਸੋਚਾਂ ਵਿਚਾਰਾਂ 'ਚ ਹੀ ਬਤਾਇਆ ਪਰ ਜਦੋਂ ਦੀ ਬਰਦਾਸ਼ਤ ਦਾ ਪਿਆਲਾ ਉੱਕਾ ਹੀ ਭਰ ਗਿਆ ਤਾਂ ਉਹਨੇ ਜ਼ੁਬਾਨ ਖੋਲਣੀ ਤੇ ਨਾਲ ਹੀ ਕੁਝ ਕੁਝ ਕਲਮ ਨੂੰ ਹਰਕਤ ਦੇਣੀ ਵੀ ਸ਼ੁਰੂ ਕੀਤੀ ਮਜ਼ਦੂਰਾਂ ਦੇ ਦੁੱਖੜਿਆਂ ਤੇ ਮਾਲਕਾਂ ਦੇ ਜ਼ੁਲਮਾਂ ਨੂੰ ਬਿਆਨ ਕਰਨ ਲੱਗਾ ਉਹ ਪੱਥਰ ਨੂੰ ਵੀ ਇੱਕ ਵਾਰੀ ਰੁਵਾ ਦਿੰਦਾ ਸੀ ਪਰ ਨਿੱਕੀਆਂ ਗਰਜਾਂ ਦੀ ਬੱਦੀ ਦੁਨੀਆ ਉਹਦੇ ਵੱਡੇ ਭਾਵਾਂ ਨੂੰ ਬੇਕਦਰੀ ਤੇ ਠੁੱਡਿਆਂ ਨਾਲ ਟੁਕਰਾ ਸੁੱਟਦੀ ਸੀ ਛੇਕੜੋ ਦੇ ਬੇਗਰਜ਼ ਤੇ ਟੁੱਟ ਲਗਨ ਨੇ ਕੁਝ ਰੰਗ ਲਿਆਉਣਾ ਸ਼ੁਰੂ ਕਰ ਹੀ ਦਿੱਤਾ ਪਿਛਲੇਰੇ ਸਾਲ ਜਦ ਰਾਏ ਸਾਹਿਬ ਨੇ ਕੰਮ ਦੇ ਘੰਟੇ ਵਧਾਉਣ ਦਾ ਐਲਾਨ ਕੀਤਾ ਤਾਂ ਸ਼ੰਕਰ ਦੀਆਂ ਗੱਲਾਂ ਨੂੰ ਲੋਕੀ ਰਤਾ ਧਿਆਨ ਨਾਲ ਸੁਣਨ ਲੱਗੇ ਅਸਰ ਵੱਧਦਾ ਵੱਧਾ ਇਥੋਂ ਤੀਕ ਵਧਿਆ ਕਿ ਰਾਏ ਸਾਹਿਬ ਦੇ ਮਜ਼ਦੂਰਾਂ ਨੇ ਸ਼ੰਕਰ ਦੀਆਂ ਮੰਗਾਂ ਨਾਲ ਸੰਮਤੀ ਪ੍ਰਗਟ ਕੀਤੀ ਜਿਦੇ ਫਲ ਸ੍ਰੂਪ ਕਾਰਖਾਨੇ 'ਚ ਹੜਤਾਲ ਹੋ ਗਈ ਤੇ ਮਾਲਕ ਨੇ ਪਹਿਲਾਂ ਤਾਂ ਸਖਤੀ ਦਾ ਕਦਮ ਉਠਾਇਆ ਪਰ ਵਿੱਚੋਂ ਕਿਸੇ ਨੀਤੀ ਨਿਪੁੰਨ ਨੇ ਸਲਾਹ ਦਿੱਤੀ ਕਿ ਅਜੇ ਵੇਲਾ ਨਹੀਂ ਸਮਾਂ ਆਉਣ ਤੇ ਹੀ ਕੰਡਾ ਕੱਢਣਾ ਠੀਕ ਹੋਏਗਾ ਤੇ مالک ਨੇ ਨਰਮੀ ਅਖਤਿਆਰ ਕਰ ਲਈ ਤੇ ਕੰਮ ਦੀ ਕੰਮ ਦਾ ਵਕਤ ਉਹਨੂੰ ਫੇਰ ਪਹਿਲੇ ਹੀ ਟੀਚੇ ਤੇ ਲਿਆਉਣਾ ਪਿਆ ਸਭ ਕੁਝ ਠੀਕ ਹੋ ਗਿਆ ਸ਼ੰਕਰ ਨੂੰ ਆਪਣੀ ਪਹਿਲੀ ਸਫਲਤਾ ਦੀ ਖੁਸ਼ੀ ਹੋਈ ਪਰ ਉਹ ਨਹੀਂ ਸੀ ਜਾਣਦਾ ਕਿ ਰਾਏ ਸਾਹਿਬ ਦਾ ਖੋਰ ਸੰਡੇ ਵਾਲਾ ਹੁੰਦਾ ਹੈ ਜਿਹੜਾ ਆਦਮੀ ਇੱਕ ਵਾਰੀ ਉਹਦੀਆਂ ਅੱਖਾਂ 'ਚ ਰੜਕ ਜਾਏ ਉਹ ਮਰਦੇ ਦਮ ਤੀ ਕੋਸ ਵੱਲੋਂ ਅਵੇਸਲਾ ਨਹੀਂ ਹੁੰਦਾ ਸ਼ੰਕਰ ਰਾਏ ਸਾਹਿਬ ਦੇ ਰਸਤੇ ਵਿੱਚ ਨਿੱਗਰ ਰੋੜਾ ਸੀ ਜੀ ਨੂੰ ਰਸਤੇ 'ਚ ਹਟਾਉਣ ਲਈ ਰਾਏ ਸਾਹਿਬ ਨੇ ਇਸ ਵੇਲੇ ਵਾਯੂ ਮੰਡਲ ਕੁਝ ਚੰਗੇਰਾ ਜਾਪਿਆ ਸ਼ੰਕਰ ਦੇ ਕੁਝ ਸਾਥੀ ਜਿਹੜੇ ਹਮੇਸ਼ਾ ਆਉਂਦੀਆਂ ਛਾਂ ਰਲਾਉਣ ਵਾਲੇ ਮੋਰੀ ਹੁੰਦੇ ਸੀ ਰਾਏ ਸਾਹਿਬ ਨੇ ਇੱਕ ਇੱਕ ਕਰਕੇ ਆਪਣੇ ਨਾਲ ਗੰਢ ਲਏ ਇਸ ਲਈ ਹੁਣ ਖਤਰੇ ਦੀ ਕੋਈ ਸੰਭਾਵਨਾ ਨਹੀਂ ਸੀ ਸ਼ੰਕਰ ਨੂੰ ਹਟਾਉਣ ਦਾ ਉਸ ਲਈ ਸੁਨਹਿਰੀ ਮੌਕਾ ਸੀ ਨਾਲੇ ਰਾਏ ਸਾਹਿਬ ਨੂੰ ਇੱਕ ਹੋਰ ਵੀ ਪਾਲਾ ਮਾਰ ਰਿਹਾ ਸੀ ਮਜ਼ਦੂਰਾਂ ਨੂੰ ਪਿਛਲੇ 3 ਮਹੀਨਿਆਂ ਤੋਂ ਤਨਖਾਹ ਨਹੀਂ ਸੀ ਦਿੱਤੀ ਗਈ ਤੇ ਉਹਨੂੰ ਖਤਰਾ ਸੀ ਮਤਾ ਸ਼ੰਕਰ ਦੀ ਚੋਕ ਨਾਲੇ ਲੋਕ ਫੇਰ ਭੜਕ ਪੈਣ تنوات